ਚੈੱਕ ਲਾਦਾ ਨਾ ਪਿੱਛੇ ਹੈ ਕੁਛ ਮੁੜ ਜਾਵੇ ਉਦੋਂ ਇੰਡੀਆ ਤੋਂ ਵੱਧ ਕੇ ਸਰਦਾਰੀ ਕਿਤੇ ਆ ਜਿਹੜੇ ਪਰਦੇਸੀ ਨੇ ਉਹਨਾਂ ਦਾ ਕੀ ਹਾਲ ਆ ਉੱਥੇ ਆਪਾਂ ਕੰਟੀਨਿਊ ਕਰਾਂਗੇ ਗੱਲਾਂ ਪੰਜਾਬ ਦੀਆਂ ਚਿੱਟੇ ਦੇ ਵਾਹਣ ਆਪਾਂ ਚਿੱਟੇ ਦੇ ਪੁਆਇੰਟ ਤੇ ਸੀਗੇ ਨਾਲੇ ਉੱਥੇ ਕਹਿੰਦੇ ਯਾਰ ਕਰਪਸ਼ਨ ਬਹੁਤ ਆ ਕ੍ਰਾਈਮ ਬਹੁਤ ਆ ਜੇ ਉਹ ਲੰਡਨ ਪਟ ਕਿੱਥੇ ਜਾ ਰਹੇ ਆਪਾਂ ਜੱਬਾਲਾ ਵੈਲਕਮ ਬੈਕ ਹੈ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਪਾਰਕਿੰਗ ਦੇ ਵਿੱਚੋਂ ਆਪਣਾ ਫੇਵਰੇਟ ਪਲੇਸ ਇਹ ਬੈਸਟ ਪਲੇਸ ਹੈ ਆਪਣਾ ਜਿੱਥੇ ਆਪਾਂ ਵਲੌਗ ਸਟਾਰਟ ਕਰਦੇ ਹੁੰਦੇ ਹਾਂ ਅਤੇ ਹੁਣ ਆਪਾਂ ਚੱਲੇ ਹਾਂ ਜੱਬਲ ਅਲੀ ਜੀ ਥੋੜ੍ਹਾ ਕੰਮ ਜਿਹਾ ਵਾ ਕਿਉਂ ਸਲੀਮ ਹਾਂ ਅਤੇ ਸਲੂਨ 'ਤੇ ਇੱਕ ਅੱਧਾ ਰਾਊਂਡ ਅਪ ਕਰੇ ਜਾ ਕੇ ਚੱਕਰ ਚੁੱਕਰ ਕੱਢੇ ਆਈਏ ਗੱਡੀ 'ਚ ਕਚਰਾ ਕਿੰਨਾ ਪਾ ਕੇ ਰੱਖਦਾ ਉਹਨਾਂ ਮੇਰੀ ਗੱਡੀ ਤੇਰੀ ਹਾਂ ਮੈਂ ਤਾਂ 2.5 ਮਹੀਨੇ ਬਾਅਦ ਆ ਮੈਂ ਕਿੱਥੇ ਪਾਤਾ ਕਚਰਾ चलो जी आपां पार्किंग चों आके कार च बह गए हैं तो होप सो थोनू साडा व्लॉग पसंद आऊगा कॉन्टेंट अगे लियाउण दी साडी ट्राई आ अपने व्लॉगां दे विच ते सानू काफ़ी मैसेजेस मतलब काफ़ी नहीं मतलब आले दुआले इह साडा मतलब गल सानू सुणन नूं मिलदी है कि कॉन्टेंट ओ दिनां बाद चढ़ाती गड्डी उत्थे पार्किंग वाले उत्थे ते कॉन्टेंट असं लियावे हौली हौली क्योंकि असं कम कार बंद हैं बिजी बंदे हैं डेली असं उठ के आपका काम से जाने फिर वापस आने और जिदा सूँ छुट्टी होंगी आ छुट्टी असं इंजॉय करने इंजॉय करने लिए अदा सौ जाने तो फिर क्योंकि नैक्सट डे असं काम जाना होंगे ता करके लेकिन साडा ट्राई मतलब सारी ट्राई यही है कि कुछ ना कुछ असं हम थोड़ा जहा एक्साइटड करा तो कुछ ना कुछ लेके आवेंगे गल हैगी इदा हूँ आप चले जबल अली आप थोड़ा काम आ सलून तो राउंडअप करना सुपरविजन करनी सारा कुछ क्योंकि पिछले 2 महीने तो गया सीगा तो सारा हिसाब किताब ना लटरम पटरम जो करना यह करूँगा मैनू नाल एम घड़ी सिलेंदा मेरी ड्यूटी नाइट आ मैं सुता पिया 8 बजे आके मैं सवेरे सुता तो 12 बजे मैं उठाल लिया गया मतलब उठ गया मैं रौला पाते जवाक तो हूँ मैं अखा च नींद आ दोपहर का टाइम आराम जावांगे ते फिर अगे दी कारवाई करदे आ सही है ना 2 महीने तू पंजाब कट के आया तैनूं किदां दा माहौल लग्गिया पंजाब यार मजा आउंदा मतलब ਇਹਦਾ ਕਹਿਣ ਦਾ ਮਤਲਬ ਪਾਸਪੋਰਟ ਦੀ ਇਨਕੁਆਇਰੀ ਆਈ ਸੀਗੀ ਪਹਿਲਾਂ ਆਪਾਂ ਨੂੰ ਬੋਤਲ ਖੰਡ ਜਾਂ ਕੋਈ ਕੁਛ ਨਾ ਕੁਛ ਦੇਣਾ ਪੈਂਦਾ ਸੀ ਹੈ ਨਾ ਉਹ ਦਿੱਤੇ ਵੀ ਹੋਏ ਆਪਦੇ ਹੱਥੀ ਅਗਲੇ ਮੰਗਦੇ ਸੀ ਮੂਹਰੇ ਨਹੀਂ ਤਾਂ ਫਿਰ ਮੂੰਹ ਬਿੰਗਾ ਕਰਕੇ ਜਾਂਦੇ ਆ ਪਤਾ ਕਿੰਨੇ ਦਿਨ ਬਾਅਦ ਬੁਲਾਉਣ ਹਨਾ ਇਨਕੁਆਇਰੀ ਤੁਹਾਡੀ ਕਲੀਅਰ ਕਰਨ ਲਈ ਯਾਰ ਕਰਪਸ਼ਨ ਹੁਣ ਉਹ ਮਤਲਬ ਬਿਨਾ ਪੈਸਿਆਂ ਤੋਂ ਹੀ ਗੱਲਬਾਤ ਹੋਈ ਆ ਕਰਪਸ਼ਨ ਪਹਿਲਾਂ ਵੀ ਸੀ ਕਰਪਸ਼ਨ ਹੁਣ ਵੀ ਆ ਹਾਂ ਠੱਲ ਤਾਂ ਪੈਣੀ ਨਹੀਂ ਠੀਕ ਆ ਚੱਕਰੇ ਹੁਣ ਸੋਸ਼ਲ ਮੀਡੀਆ ਜ਼ਿਆਦਾ ਐਕਟਿਵ ਆ ਜ਼ਿਆਦਾ ਦਿਖਣ ਲੱਗ ਗਿਆ ਹਾਂ ਜਿੱਥੇ ਜਿੱਥੇ ਆਪਾਂ ਪਹਿਲਾਂ ਪੈਸੇ ਦਿੰਦੇ ਸੀ ਉੱਥੇ ਹੁਣ ਦੇਣੇ ਪੈਂਦੇ ਆ ਉਹੀ ਚੱਕਰ ਆ ਕਈ ਗੱਲੋਂ ਸੁਧਾਰ ਵੀ ਆ ਨਵੀਂ ਪਾਰਟੀ ਕਰਕੇ ਆਫਿਸ ਜਾ ਪਹਿਲਾਂ ਖੁੱਲਣ ਲੱਗ ਗਏ ਤੈਨੂੰ ਡਿਊਟੀ ਵਾਲੇ ਬੰਦੇ ਮਿਲਦੇ ਆ ਸਰਕਾਰੀ ਗਵਰਨਮੈਂਟ ਵਾਲੇ ਟਾਈਮ 'ਤੇ ਕੁਛ ਕੰਮ ਹੋਣ ਲੱਗ ਗਏ ਕਈ ਜਗ੍ਹਾ ਡਰ ਪੈ ਗਿਆ ਪੈਸੇ ਲੈਂਦੇ ਆ ਬਟ ਬਹੁਤ ਡਰ ਕੇ ਲੈਂਦੇ ਆ ਕਿਤੇ ਚੌਥਾ ਬੰਦਾ ਵਿੱਚ ਪਾ ਕੇ ਉੱਦਾਂ ਤਾਂ ਕਈ ਕੰਮ ਬਿਨਾਂ ਉਹ ਤੋਂ ਵੀ ਹੋ ਜਾਂਦੇ ਆ ਥੋੜ੍ਹਾ ਤਾਂ ਡਰ ਪਿਆ ਥੋੜ੍ਹਾ ਡਰ ਪਿਆ ਹੈ ਨਾ ਮਤਲਬ ਇਹ ਵੀ ਨਹੀਂ ਕਿਹਾ ਕਿ 100% ਹੀ ਹੈ ਨਾ ਅਗਰ ਉੱਥੇ ਇੱਥੋਂ ਜਾ ਕੇ ਦੁਬਈ ਜਾ ਕੇ ਆਪਦਾ ਕੰਮ ਧੰਦਾ ਕਰਨਾ ਹੋਵੇ ਫਿਰ ਕਿਵੇਂ ਆ ਯਾਰ ਮੈਂ ਤਾਂ ਪੁੱਛ ਰਿਹਾ ਮੈਨੂੰ 4-5 ਸਾਲ ਹੋ ਗਏ ਆਪਾਂ ਨਹੀਂ ਜਾਂਦੇ ਪੰਜਾਬ ਚੱਕਰ ਇਹ ਆ ਜਿਹੜੀ ਆਪਣੀ ਜਨਰੇਸ਼ਨ ਆ ਉੱਥੇ ਕਰਪਸ਼ਨ ਹੋਵੇ ਉੱਥੇ ਲੁੱਟ ਮਾਰ ਹੋਵੇ ਜਦੋਂ ਵੀ ਜਾਵਾਂਗੇ ਨਾ ਚੰਗਾ ਹੀ ਲੱਗੂਗਾ ਆਪਣਾ ਬਚਪਨ ਉੱਥੇ ਨਿਕਲਿਆ ਸਾਰਾ ਕੁਛ ਉੱਥੇ ਨਿਕਲਿਆ ਆਪਾਂ ਨੂੰ ਵਧੀਆ ਹੀ ਲੱਗਦਾ ਆਪਾਂ ਬਹੁਤ ਗੱਲਾਂ ਤਾਂ ਅਣਗੌਲੀਆਂ ਕਰ ਜਾਵਾਂਗੇ ਉੱਥੇ ਵੀ ਛੱਡ ਇੰਨੀ ਤਾਂ ਬੰਦਾ ਮਾਰ ਤਾਂ ਕੋਈ ਗੱਲ ਨਹੀਂ ਚੱਕਰ ਇਹ ਆ ਆਪਾਂ ਬਚਪਨ ਨਿਕਲਿਆ ਤਾਂ ਆਪਾਂ ਨੂੰ ਵਧੀਆ ਹੀ ਲੱਗਣਾ ਉਹ मेरा भी दिल करता मतलब कि साडा प्लान भी सारी जिंदगी तो हम इतने रहना भी नहीं है तो इदू बिना अभी कितने जाते भी जिम्मे बंदे कहते ना इतने आके टैकते ही नहीं है पंजाबी पहला इंडिया पैण पहला बाहर जाना जेडे कनेडा चले गए आस्ट्रेलिया चले गए जे दुबई आ गए इतों दुबई तो नहीं दुबई टू कनेडा जावे फिर असं आस्ट्रेलिया जावे वो सारी उम्र टैकते ही नहीं सही है
ਇਹ ਕੰਟਰੀਆਂ ਸੇਮ ਹੀ ਹੁੰਦੀਆਂ ਨੇ, ਚਾਹੇ ਤੁਸੀਂ ਕੈਨੇਡਾ ਚਲੇ ਜਾਓ, ਚਾਹੇ ਤੁਸੀਂ ਦੁਬਈ ਚਲੇ ਜਾਓ, ਕਿਤੇ ਮਰਜ਼ੀ ਚਲੇ ਜਾਓ, ਇਹਨਾਂ ਨੇ ਉਹ ਹਿਸਾਬ ਨਾਲ ਚੱਲਣਾ ਵਾ, ਹੈ ਨਾ। ਅਤੇ ਇੱਕ ਕੰਟਰੀ ਟਿਕਾ ਕੇ ਚਾਰ ਪੈਸੇ ਇਕੱਠੇ ਕਰਕੇ ਆਪਦਾ ਬੈਕ ਜਾ ਕੇ ਥੋੜ੍ਹਾ ਬਹੁਤਾ ਬਿਜ਼ਨਸ, ਜਦੋਂ ਤੁਸੀਂ 50-55 ਦੇ ਹੋ ਗਏ ਬੁਢਾਪੇ ਦੇ ਨੇੜ ਨੂੰ, ਮਤਲਬ ਨੇੜ ਨੂੰ, ਹੈ ਨਾ, ਬਹਿ ਕੇ ਖਾਣ ਜੋਗੀ ਰੋਟੀ, ਹੈ ਨਾ, ਥੋੜ੍ਹੇ ਛਿੱਲੜ ਥੋੜ੍ਹੇ ਆਉਂਦੇ ਹੋਣ ਬੁਢਾਪੇ 'ਚ, ਤੁਸੀਂ ਕਿਸੇ ਦੇ ਮੁਹਤਾਜ ਨਾ ਹੋਵੋ, ਅਤੇ ਉਹ ਟਾਈਮ ਨੂੰ ਸੋਚ ਕੇ ਤੁਹਾਨੂੰ ਪਲਾਨਿੰਗ ਕਰਨੀ ਚਾਹੀਦੀ। ਹਾਂ, ਆਪਣੇ ਗਿਣੇ ਚੁਣਵੇਂ ਯਾਰ ਦੋਸਤ ਆ ਇੰਡੀਆ ਦੇ ਵਿੱਚ, ਗਿਣੇ ਚੁਣਵੇਂ ਆਪਦਾ ਕੰਮ ਜਿਨ੍ਹਾਂ ਦਾ ਹੈਗਾ ਵਾ ਕਰਦੇ ਆ। ਆਈ ਥਿੰਕ ਆਪਣੇ ਤੋਂ ਸਭ ਤੋਂ ਜਿਹੜੇ ਕੈਨੇਡਾ ਵੀ ਬੈਠੇ ਆ ਜਾਂ ਆਸਟ੍ਰੇਲੀਆ ਬੈਠੇ ਆ, ਆਪਣੇ ਸਭ ਤੋਂ ਬੈਟਰ। ਹਾਂ, ਇੰਨੀ ਸੋਹਣੀ ਲਾਈਫ ਆ, ਵਧੀਆ, ਇੰਨੀ ਟੈਨਸ਼ਨ ਹੈ ਨਹੀਂ ਜਿੰਨੀ ਬਾਹਰਲੀਆਂ ਕੰਟਰੀ ਵਾਲਿਆਂ ਨੂੰ ਆ, ਇੰਨੇ ਡਿਪਰੈਸ਼ਨ ਦੇ ਵਿੱਚ ਹੈ ਨਹੀਂ। ਉਹ ਜੋਬਾਂ ਵੀ ਕੰਮ ਬਿਜ਼ਨਸ ਵੀ ਸੰਭਾਲ ਲਈ ਜਾਂਦੇ ਆ, ਆਪਦੇ ਵਿਆਹ ਸ਼ਾਦੀਆਂ ਵੀ ਦੇਖੀ ਜਾਂਦੇ ਆ, ਸ਼ਾਮ ਨੂੰ ਇਕੱਠੇ ਵੀ ਹੋ ਜਾਂਦੇ ਆ, ਪਤਾ ਨਹੀਂ ਇੰਨਾ ਟਾਈਮ ਇੰਡੀਆ ਦੇ ਵਿੱਚ ਕਿਵੇਂ ਹੋ ਜਾਂਦਾ ਬਾਈ। ਰਾਈਟ ਰਾਈਟ ਰਾਈਟ, ਸਵੇਰੇ ਉੱਠ ਕੇ ਦੈਨੀ ਬਹੁਤ ਵੱਡੇ ਆ ਉੱਥੇ ਤਾਂ ਲੱਗਦੇ, ਇੱਥੇ ਬਾਈ ਉੱਠਿਆ ਨਹੀਂ, ਕੰਮ ਤੇ ਨਿਕਲ ਗਿਆ ਸ਼ਾਮੀ ਮੁੜਿਆ। ਕਿਉਂ ਉੱਥੇ ਕਿਉਂ ਵੱਡੇ ਲੱਗਦੇ, ਉੱਥੇ ਭੈਣ ਤੋਂ ਸਾਲਾ ਸਾਰਾ ਕੰਮ ਕਰਕੇ ਵੀ 12 ਹੀ ਵਜੇ ਹੁੰਦੇ ਆ ਉੱਥੇ, ਤੋਂ ਯਾਰਾਂ ਦੋਸਤਾਂ ਨੂੰ ਵੀ ਮਿਲ ਜਾਂਦਾ, 11 ਵਜੇ ਬਹਿ ਵੀ ਜਾਂਦਾ, ਜਾ ਕੇ ਚਾਹ ਪਾਣੀ ਵੀ ਪੀ ਆਉਣਾ, ਪੈਗ ਸ਼ੈਗ ਵੀ ਲਾ ਆਉਣਾ, ਉੱਥੇ ਟਾਈਮ ਬਹੁਤ ਆ। ਅੱਛਾ, ਉਹ ਚਿੱਟੇ ਦਾ ਹਾਲ ਦੱਸ ਮੈਨੂੰ ਯਾਰ, ਚਿੱਟਾ ਪੰਜਾਬ ਦਾ ਕਾਫੀ ਆ, ਚਿੱਟੇ ਕਰਕੇ ਲੁੱਟ ਖੋਹਾਂ ਜ਼ਿਆਦਾ ਵਾ, ਚਿੱਟਾ ਬਹੁਤ ਆ, ਚਿੱਟਾ ਕਾਫੀ ਆ। ਸਟਿਲ ਹਜੇ ਤੱਕ ਕੋਈ ਕਹਿੰਦੀ ਨੱਥ ਪੈ ਗਈ, ਇਹ ਪੈ ਗਿਆ, ਕੁਛ ਨਹੀਂ ਪਿਆ, ਕੁਛ ਨਹੀਂ ਪਿਆ, ਮਤਲਬ ਡਰੱਗ ਇੰਨੀ ਬੁਰੀ ਤਰ੍ਹਾਂ ਅੰਦਰ ਵੜ ਚੁੱਕੀ ਹੈ, ਮਤਲਬ ਇਹਦੇ ਜੜ੍ਹਾਂ ਲੱਗ ਚੁੱਕੀਆਂ ਹੁਣ ਪੂਰੀ ਚੰਗੀ ਤਰ੍ਹਾਂ, ਇੱਕ ਜਨਰੇਸ਼ਨ ਤਾਂ ਗਈ, ਮਤਲਬ ਦੂਜੀ ਜਨਰੇਸ਼ਨ ਹੋਣੀ ਆ। ਹੁਣ ਤਾਂ ਜਿਵੇਂ ਸੁਣਨ 'ਚ ਆਇਆ, ਕਹਿੰਦੇ ਜਿਵੇਂ ਉੱਥੇ ਦੱਸਦੇ ਆ, ਕਹਿੰਦੇ ਹੁਣ ਤਾਂ ਬਣਦੀ ਆ, ਹੁਣ ਕਿੱਥੋਂ ਪਾ ਬਾਰਡਰੋਂ ਪਾਰ ਆਉਂਦੀ ਆ, ਹੁਣ ਤਾਂ ਘਰਾਂ 'ਚ ਬਣਨ ਲੱਗ ਗਈ ਹੋਣੀ ਆ, ਹੁਣ ਤਾਂ ਬਣਦੀ ਆ, ਕੱਲ੍ਹ ਹੀ ਪੁੱਛਣੇ ਪੈਟਰੋਲ ਵੀ ਪਾਉਣਾ ਆਪਾਂ। ਮਿੱਤਰੋ, ਆਪਾਂ ਆ ਗਏ ਪੈਟਰੋਲ ਦੇ ਪੰਪ ਤੋਂ, ਤਾਂ ਜਿੱਥੇ ਆਪਾਂ ਚਿੱਟੇ ਦੇ ਵਾਹਨ, ਆਪਾਂ ਚਿੱਟੇ ਦੇ ਪੁਆਇੰਟ ਤੇ ਸੀਗੇ, ਉਸ ਤੋਂ ਬਾਅਦ ਫਿਰ ਆਪਾਂ ਪੁੱਛਾਂਗੇ ਪੰਜਾਬ 'ਚ ਜਿਹੜੇ ਪਰਦੇਸੀ ਨੇ ਭਈਏ, ਉਹਨਾਂ ਦਾ ਕੀ ਹਾਲ ਆ ਉੱਥੇ, ਠੀਕ ਆ, ਵੀ ਕਿੰਨੇ ਕੁ ਵਧੇ ਨੇ, ਕਿੰਨੇ ਘਟੇ ਨੇ, ਉਹ ਵੀ ਇੱਕ ਮੁੱਦਾ, ਹੈ ਨਾ। ਅਤੇ ਆਹਾਂ, ਮਤਲਬ ਆਪਣਾ ਸਟੀਅਰਿੰਗ ਆਇਲ ਖਤਮ ਹੋਇਆ 2 ਮਹੀਨੇ ਤੋਂ, ਇਹਨੇ ਚੈੱਕ ਨਹੀਂ ਕੀਤਾ, ਮੈਂ ਇਹਦਾ ਵੇਟ ਕਰਦਾ ਸੀ ਯਾਰ, ਗੱਡੀ ਚਲਾਈ ਫਿਰਦਾ, ਸਟੀਅਰਿੰਗ ਖੈੜ ਖੈੜ ਕਰੀ ਜਾਂਦਾ, ਕੁਛ ਨਹੀਂ ਗੱਡੀ ਦਾ ਚੈੱਕ ਕੀਤਾ ਹੋਇਆ, ਅਜੇ ਮੈਂ ਮਸਟੈਂਕ ਤਾਂ ਬੈਠਾ ਹੀ ਹਾਂ ਨਾ, ਅਸੀਂ ਆਪਦੇ ਆਪ 'ਤੇ ਪ੍ਰਾਊਡ ਫੀਲ ਕਰਦੇ ਹਾਂ ਗੱਲਾਂ ਦੇ, ਹੁਣ ਆ ਕੇ ਆਹ ਪਾਊਂਗਾ ਮੈਂ, ਸਿਰਫ ਗੱਡੀ 'ਚ ਹੀ ਪਿਆ ਸੀ, ਗੱਡੀ 'ਚ ਚੱਕ ਕੇ ਬੋਨਟ ਖੋਲ ਕੇ ਉਹ 'ਚ ਪਾਉਣਾ ਸੀਗਾ, ਉਹਨਾਂ ਗੱਡੀ ਸਮੂਥ, ਸਟੀਅਰਿੰਗ ਸਮੂਥ ਲੈਣਾ ਸੀ, ਉੱਡਾ ਉਹ ਜਿਹੜਾ ਟਰੱਕਾਂ ਦਾ ਨਹੀਂ, ਆਪਣੇ ਬੰਦਾ ਚਲਾ ਗਿਆ, ਆਪਾਂ ਉਹ ਹੋ ਗਏ ਬਿਜ਼ੀ, ਅਤੇ ਹੁਣੇ ਜਾਊਗਾ, ਹੁਣੇ ਪਾਊਗਾ, ਮੈਂ ਤੁਹਾਨੂੰ ਸਾਰਾ ਕੁਝ ਦਿਖਾ ਦੇਣਾ, ਇਹਦਾ ਵੇਟ ਕੀਤਾ ਆਪਾਂ, ਬੰਦ ਕਰ ਦੇ, ਬੰਦ ਕਰ ਦੇ, ਚਲੋ ਦਿਖਾਈਏ ਬਾਹਰ ਤੁਹਾਨੂੰ, ਪਾ ਦੇ ਪਾ ਦੇ ਪਾ ਦੇ, ਬਸ ਠੀਕ ਹੋ ਗਿਆ, ਫੁੱਲ ਹੋ ਗਿਆ, ਹੋ ਗਿਆ, ਆਹ ਸੀਗਾ ਲੈਵਲ ਇਹਦਾ, ਆਹ ਲਾਈਨ ਸੀਗੀ, ਇੰਨੇ ਕੰਮ ਆਪਾਂ ਆਪ ਹੀ ਕਰ ਕੁਰ ਲਈਦੇ ਆ, ਇਹ ਇੰਨੇ ਕੰਮ ਕਰ ਲੈਂਦਾ ਆਪਾਂ, ਇਹ ਤੋਂ ਕਰਵਾ ਲਈਦੇ ਆ, ਥੋੜ੍ਹਾ ਜਿਹਾ ਹੋਰ ਉਹਦੇ ਵਿੱਚ ਸੀਗਾ, ਹੋਰ ਜਮਾਂ ਖਾਲੀ ਸੀ, ਥੋੜ੍ਹਾ ਜਿਹਾ, ਬਸ ਫਿਰ ਹੁਣ ਥੋੜ੍ਹੀ ਰੈਲੀ ਹੋਊਗੀ। ਲਓ ਵੀ ਮਿੱਤਰੋ, ਮਾਹੌਲ ਤੁਹਾਨੂੰ ਆਪਾਂ ਦਿਖਾ ਦਈਏ ਜਿੱਥੇ ਆਪਾਂ ਪੈਟਰੋਲ ਪਾਉਂਦੇ ਹਾਂ, ਅਤੇ ਆਪਦੀਆਂ ਗੱਡੀਆਂ ਸਰਵਿਸ ਸਾਫ਼ ਵੀ ਕਰ ਲਈਦੀ ਰੋਡਾਂ ਦੇ ਉੱਤੇ ਖੜ੍ਹ ਕੇ, ਹੈ ਨਾ। ਅਤੇ ਆਹ ਬੰਦਾ ਆਪਣਾ ਮਕੈਨਿਕ, ਹਾਂ ਨਹੀਂ ਬੰਦ ਕਰਾਇਆ, ਹਾਂ ਠੀਕ, ਲੈ ਖੋਲ ਦਿੰਦਾ, ਜਾ ਯਾਰ ਦੀ ਵਧੀਆ, ਹਾਲ ਖੁੱਲ੍ਹ ਗਈ ਡਿੱਗੀ, ਖੁੱਲ੍ਹ ਗਈ, ਐਵੇਂ ਡਰੀ ਜਾਂਦਾ, ਚੰਗੀ ਤਰ੍ਹਾਂ ਟਾਇਟ ਜਿਹਾ ਕਰਦੇ ਕੰਮ ਇਹਦਾ, ਚੰਗਾ ਵੀ ਉਧਰੋਂ ਮਿਲਦਾ ਫਿਰ ਆਪਾਂ ਗੱਡੀ 'ਚ, ਜ਼ਿਆਦਾ ਟਾਈਮ ਨਹੀਂ ਬਾਹਰ ਖੜ੍ਹਨਾ, ਦੇਖਿਆ ਗੱਡੀ 'ਚ ਕੋਈ ਕਚਰਾ ਨਹੀਂ ਹੈਗਾ, ਸਰਵਿਸ ਆਪਾਂ ਕਰ ਲਈ, ਸਟੀਅਰਿੰਗ ਐਨ ਪੂਰਾ ਰੈਲਾ ਹੋ ਗਿਆ, ਐਨ ਜਮਾ ਹੀ ਆਤਾ, ਪੂਰਾ ਹਾਰਡ ਸੀਗਾ, ਪੂਰਾ ਹਾਰਡ ਪਾ ਕੇ, ਹੈ ਨਾ। ਅਤੇ ਆਪਣੇ ਕੋਲ ਆਇਲ ਪਿਆ ਸੀਗਾ, ਪਤਾ ਨਹੀਂ ਲੱਗਦਾ ਸੀ ਉਹ ਬ੍ਰੇਕ ਆਇਲ ਆ ਸਾਲਾ ਜਾਂ ਸਟੀਅਰਿੰਗ ਆਇਲ ਆ, ਉਹ 'ਤੇ ਲਿਖਿਆ ਸਮਝ ਨਹੀਂ ਆਉਂਦਾ ਸੀ, ਅਤੇ ਨਹੀਂ ਸੀ ਉੱਥੇ ਕੁਛ, ਹਾਂ, ਅਤੇ ਉਹ ਪੈਟਰੋਲ ਪੰਪ ਵਾਲਿਆਂ ਤੋਂ ਪੁੱਛਿਆ ਜਾ ਕੇ ਵੀ, ਉਹ ਕਹਿੰਦਾ ਵੀ ਇਹ ਸਟੀਅਰਿੰਗ ਆਇਲ ਵੀ ਆ, ਆਪਾਂ ਨਾਲ ਹੀ ਪਾ ਲਿਆ, ਰੀਫੰਡ 'ਚ ਗੱਲਬਾਤ ਹੋ ਗਈ, ਹੈ ਨਾ, ਨਹੀਂ ਤਾਂ 50-60 ਤਰਾਮ ਲੈ ਲੈਣੇ ਸੀ ਉਹਨਾਂ ਨੇ, ਹੱਥ ਲਵਾਈ ਦੇ, ਸਟੀਅਰਿੰਗ ਹੋ ਗਿਆ ਰੈਲਾ, ਹੁਣ ਆਪਾਂ ਅੱਗੇ ਕਾਰਵਾਈ ਕਰਦੇ ਹਾਂ ਅੱਗੇ ਵਾਲੀ, ਅਤੇ ਆਪਾਂ ਸੀਗੇ ਚਿੱਟੇ 'ਤੇ, ਚਿੱਟਾ ਪੰਜਾਬ 'ਚ ਜ਼ਿਆਦਾ ਕੋਈ ਫਰਕ ਨਹੀਂ ਪਿਆ, ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਉਹ ਪੂਰੇ ਖਰੇ ਨਹੀਂ ਉਤਰੀ, ਹੈ ਨਾ।
ਪੰਜਾਬ ਦੀ ਤੇ ਕਹਿੰਦੇ ਆ 15 ਅਗਸਤ ਤੋਂ ਬਾਅਦ ਅਸੀਂ ਆਹ ਪਲਾਨ ਬਣਾਇਆ ਉਹ ਪਲਾਨ ਬਣਾਇਆ ਇੱਕ ਨਿਊਜ਼ ਵੀ ਸੁਣੀ ਸੀ ਕਿਸੇ ਦੀ ਪਤਾ ਨਹੀਂ ਚੱਕਣ ਤੋਂ ਬਾਅਦ ਜਿਹੜਾ ਵੇਚ ਰਿਹਾ ਸੀ ਉਹਦੀ ਪ੍ਰੋਪਰਟੀ ਹੀ ਜ਼ਬਤ ਕਰ ਲਈ ਹੁਣ ਜਿਹੜਾ ਨਵਾਂ ਰੂਲ ਆਇਆ ਸ਼ਾਇਦ ਉਹਦੇ ਨਾਲ ਕੁਛ ਕੁ ਡਰਨ ਮਤਲਬ ਜਿਹੜਾ ਜਿਹੜਾ ਫੜਿਆ ਗਿਆ ਉਹਦੀ ਪ੍ਰੋਪਰਟੀ ਹੀ ਜ਼ਬਤ ਹੋ ਉਹ ਕੇਸ ਦੇ ਵਿੱਚ ਫਿਰ ਤਾਂ ਨਜਾਇਜ਼ ਹੀ ਪੰਜਾਬ 'ਚ ਬਹੁਤ ਫਸਣਗੇ ਬਾਕੀ ਬਟ ਚਿੱਟਾ ਤਾਂ ਹੈਗਾ ਆ ਚੋਰੀ ਡਕੈਤੀ ਤਾਂ ਵਧੂਗੀ ਵਧੂਗੀ ਇਹ ਤਾਂ ਜ਼ਾਹਿਰ ਜੀ ਗੱਲ ਆ ਚੱਲ ਹੁਣ ਇੱਕ ਸਵਾਲ ਦਾ ਜਵਾਬ ਦਿੰਦੇ ਹੁਣ ਪੰਜਾਬ ਦੇ ਵਿੱਚ ਯੂਪੀ ਬਿਹਾਰ ਤੋਂ ਆਏ ਹੋਏ ਮਿੱਤਰ ਪਿਆਰੇ ਉਹ ਮਿੱਤਰ ਪਿਆਰੇ ਆਪਣੇ ਇਸ ਟਾਈਮ ਜਵਾਕ ਵੱਡੇ ਹੋ ਗਏ ਵਧੀਆ ਪੰਜਾਬੀ ਬੋਲਦੇ ਆ ਰਹਿਣਾ ਪੈਣਾ ਉਹਨਾਂ ਦਾ ਪੰਜਾਬੀ ਜਿਵੇਂ ਕੈਨੇਡਾ ਬੋਰਨ ਵਾਲਾ ਕੈਨੇਡਾ ਬੋਲੂ ਹਨਾ ਜੇ ਭੈਣ ਜੋ ਅਮਰੀਕਾ ਚ ਬੋਰਨ ਵਾਲਾ ਉਹ ਵੀ ਉਹਨਾਂ ਦੀ ਲੈਂਗੁਏਜ ਬੋਲੇ ਇੰਗਲਿਸ਼ ਪੰਜਾਬੀਆਂ ਦੇ ਕੋਲ ਬੈਂਕ ਬੈਲੈਂਸ ਹੈ ਨਹੀਂ ਉਹਨਾਂ ਕੋਲ ਬੈਂਕ ਬੈਲੈਂਸ ਹੈਗਾ ਅੱਛਾ ਜੀ ਖੜੇ ਸੌਦੇ ਮਾਰੀ ਜਾਂਦੇ ਆ ਆਪਣੇ ਦਾ ਮੁੱਲਾਪੁਰ ਦੇ ਵਿੱਚ 48 ਲੱਖ ਦਾ ਇੱਕ ਬਿਹਾਰੀ ਨੇ ਸੌਦਾ ਤੇ ਅਸੀਂ ਪੰਜਾਬੀ 50-50 ਲੱਖ ਲਾ ਕੇ ਕੈਨੇਡਾ ਚ ਜਦੋਂ ਵੀਜ਼ਾ ਉਹ ਫੁੱਲਾਂ ਵਾਲੀ ਉੱਤੇ ਮਾਰਦੇ ਆ ਘੁਮਾ ਕੇ ਉਹ ਐਂ ਖੁਸ਼ ਹੁੰਦੇ ਆ ਰਿਐਕਸ਼ਨ ਜਿਵੇਂ ਭੈਣ ਚੋ ਬਾਰਡਰ ਤੇ ਜੰਗ ਜਿੱਤੀ ਹੁੰਦੀ ਆ ਉਹ ਕੈਨੇਡਾ ਦਾ ਵੀਜ਼ਾ ਹੀ ਹੈ ਕਿ ਨਹੀਂ ਭੈਣ ਚੋ ਉੱਥੇ ਜਾ ਕੇ ਦੇਖੋ ਉਹ ਵੀਜ਼ੇ ਆਉਣ ਦੀ ਖੁਸ਼ੀ 'ਚ ਉਹ ਵੀਡੀਓ ਪਾਉਂਦੇ ਨੇ ਵੀ ਸਾਡਾ ਵੀਜ਼ਾ ਆ ਗਿਆ ਐਂ ਟੱਪਣਗੇ ਉੱਥੇ ਜਾ ਕੇ ਲੈਂਡ ਹੀ ਹੁੰਦੇ ਫਿਰ ਉੱਥੇ ਮੰਮੀ ਯਾਦ ਆਉਂਦੀ ਆ ਰੋਟੀ ਨਹੀਂ ਬਣਦੀ ਸਾਤੋਂ ਹੈ ਫਿਰ ਉੱਥੇ ਧੂੰਆਂ ਨਿਕਲਦਾ ਅੱਜ ਤਾਂ ਤੁਹਾਨੂੰ ਹੋਰ ਪਤਾ ਲੱਗਣਾ ਵਾ ਕੈਨੇਡਾ ਅਮੈਰੀਕਾ ਆਸਟ੍ਰੇਲੀਆ ਜੋ ਵੀ ਆ ਈਵਨ ਦੁਬਈ ਦੁਬਈ ਦਾ ਇੱਦਾਂ ਵੀ ਇਹ ਆਉਣ ਜਾਣਾ ਇਹ ਤਾਂ ਕੋਈ ਜ਼ਿਆਦਾ ਉਹ ਨਹੀਂ ਹੈਗਾ ਇਹ ਤਾਂ ਪੈਸਾ ਹੀ ਲਾ ਤੁਹਾਨੂੰ ਐਕਸਪੈਂਸ ਲਾਉਣ ਦੀ ਲੋੜ ਨਹੀਂ ਹੈਗੀ ਜ਼ਿਆਦਾ ਈਵਨ ਤੁਸੀਂ ਵਿਜ਼ਿਟ ਤੇ ਆ ਕੇ ਆਪਦੀ ਜੋਬ ਲੱਭ ਸਕਦੇ ਹੋ ਹੈ ਨਾ ਉਹਦੇ ਨਾਲੇ ਬੰਦਾ ਕੰਮ ਕਰ ਲੈਂਦਾ ਅੱਛਾ ਤੇ ਇਹ ਹੋ ਗਿਆ ਤੇਰਾ ਆਪਣੇ ਉੱਤਰ ਪ੍ਰਦੇਸ਼ ਯੂਪੀ ਬਿਹਾਰ ਵਾਲਿਆਂ ਦਾ ਹੈ ਜਦ ਉਹ ਵੀ ਭਾਈ ਇੰਨਾ ਪੈਸਾ ਕਮਾ ਸਕਦੇ ਆ ਫਿਰ ਪੰਜਾਬੀ ਆਪਾਂ ਨੂੰ ਵੀ ਅਕਲ 20-20 ਸਾਲਾਂ ਬਾਅਦ ਆਈ ਆ ਆਪਾਂ ਨੂੰ ਤਾਂ 15 ਸਾਲ ਹੋ ਗਏ ਜਿਵੇਂ ਰੇਹੜੀਆਂ ਲਾਉਂਦੇ ਆ ਰੇਹੜੀਆਂ 'ਚ ਮਨ ਮਰਜ਼ੀ ਦੇ ਉਹਨਾਂ ਦੇ ਰੇਟ ਉਹ ਕੀਤੇ ਫਿਕਸ ਕੀਤੇ ਨੇ ਫਿਕਸ ਕੀਤੇ ਆ ਖਾਣਾ ਤੁਸੀਂ ਬਾਜ਼ਾਰਾਂ 'ਚ ਆ ਕੇ ਮਾਰਕੀਟਾਂ 'ਚ ਹੁਣ ਤਾਂ ਪੰਜਾਬੀਆਂ ਨੇ ਬਹੁਤ ਸੋਹਣੇ ਬਿਜ਼ਨਸ ਤੋਰ ਲਏ ਆ ਫੂਡ ਵਗੈਰਾ ਔਰ ਸਬਜ਼ੀ ਸੁਬਜ਼ੀ ਸਾਰੀ ਉਹ ਪੰਜਾਬੀ ਤੋਂ ਹੀ ਲੈਣੀ ਚਾਹੀਦੀ ਪੰਜਾਬੀਆਂ ਤੋਂ ਹੀ ਲੈਣਾ ਚਾਹੀਦਾ ਇੱਕ ਤਾਂ ਸਾਫ਼ ਸੁਥਰਾ ਮਿਲੂ ਆਪਾਂ ਨੂੰ ਤੇ ਦੂਜਾ ਅਗਲਾ ਐਨ ਵਧੀਆ ਤਰਤੀਬ ਵਾਲੀ ਚੀਜ਼ ਦਊਗਾ ਵਧੀਆ ਘੈਂਟ ਆਪਣੇ ਬਾਜ਼ਾਰ 'ਚ ਇੱਕ ਬਾਬਾ ਜਿਹਾ ਰੇਹੜੀ ਲਾਉਂਦਾ ਪੰਜਾਬੀ ਆ ਬਾਬੂ ਆਪਣੇ ਘਰ ਦੇ ਉੱਥੇ ਹੀ ਸਬਜ਼ੀ ਲੈਂਦੇ ਆ ਡੇਲੀ ਨਾਲੇ ਉਹ ਤਾਂ ਥੋੜ੍ਹੀ ਹੁੰਦੀ ਆ ਗਣਵੀਂ ਚੌਣਵੀਂ ਨਹੀਂ ਆ ਬਟ ਫਰੈਸ਼ ਹੁੰਦੀਆਂ ਵਾ ਉਹਦੇ ਕੋਲ ਹੀ ਰੋਕੀ ਦੀ ਸੀ ਗੱਡੀ ਉਹਦੇ ਕੋਲ ਹੀ ਸਬਜ਼ੀ ਬੂਟੀ ਲਈ ਦੀ ਸੀ ਫਿਕਸ ਹਾਂ ਫਿਕਸ ਬਸ ਠੀਕ ਆ ਨਾਲੇ ਫਰੈਸ਼ ਹੁੰਦੀ ਆ ਉਹਦੇ ਕੋਲ ਬਟ ਹੁੰਦੀਆਂ ਥੋੜ੍ਹੀਆਂ ਉਹਦੇ ਕੋਲ ਜੇ ਆਪਣੇ ਪੰਜਾਬੀ ਵੀ ਇੰਨੀ ਸਪੋਰਟ ਤਾਂ ਹੁਣ ਕਰਨੀ ਚਾਹੀਦੀ ਯਾਰ ਆਪਾਂ ਨੂੰ ਇੱਕ ਦੂਜੇ ਦੀ ਜਦੋਂ ਇੱਕ ਸਮਝ ਲਾ ਮੈਂ ਬਿਜ਼ਨਸ ਖੋਲ ਲਿਆ ਤੇਰਾ ਹੱਕ ਬਣਦਾ ਯਾਰ ਤੇਰੀ ਕਮਿਊਨਿਟੀ ਨੂੰ ਜਾਂ ਤੇਰੇ ਆਪਣੇ ਯਾਰਾਂ ਦੋਸਤਾਂ ਨੂੰ ਲੈ ਕੇ ਆਉਣ ਦਾ ਯਾਰ ਨੇ ਆਪਣੇ ਪੰਜਾਬੀ ਭਾਈ ਮਿੱਤਰ ਨੇ ਚੀਜ਼ ਖੋਲੀ ਆ ਤੇ ਆਪਾਂ ਉਹਦੀ ਸਪੋਰਟ ਕਰਦੇ ਹਾਂ ਉਹਦੇ ਜਾਂਦੇ ਹਾਂ ਹਾਂ ਜੇ ਮੈਂ ਤੁਹਾਨੂੰ ਕੁਆਲਿਟੀ ਨਹੀਂ ਦੇ ਰਿਹਾ ਉਹ ਗਲਤੀ ਮੇਰੀ ਆ ਹਾਂ ਫਿਰ ਦੂਜੇ ਦੇ ਕੋਲ ਸਹੀ ਆ ਅਗਰ ਮੈਂ ਤੁਹਾਨੂੰ ਆਪਦਾ ਬੈਸਟ ਨਹੀਂ ਦੇ ਰਿਹਾ ਫਿਰ ਮੇਰੇ ਆਉਣ ਦੀ ਲੋੜ ਨਹੀਂ ਫਿਰ ਤੁਸੀਂ ਆਟੋਮੈਟਿਕ ਆਪਣੇ ਆਪ ਕਿਸੇ ਹੋਰ ਲੱਭੋਗੇ ਕਿਤੇ ਸਹੀ ਆ ਅੱਜ ਅੱਜ ਆਪਣੇ ਵਲੌਗ ਦੇ ਵਿੱਚ ਇਹੀ ਗੱਲਾਂ ਬਾਤਾਂ ਨੇ ਮਤਲਬ ਮੇਨ ਮੁੱਦਾ ਇਹੀ ਆ ਇੱਕ ਸਿਰਫ ਇਹ ਆ ਕਿ ਆ ਜਿਹੜੇ ਕੈਨੇਡਾ ਨੂੰ ਜਾਣ ਲੱਗੇ ਅਮੈਰੀਕਾ ਨੂੰ ਜਾਣ ਲੱਗੇ ਉਹ ਕੰਸਲਟੈਂਟ ਵਾਲੇ ਨਾ ਏਜੰਟ ਬੁਲਾ ਕੇ ਆਫਿਸਾਂ ਦੇ ਵਿੱਚ ਵੀਜ਼ਾ ਦਿਖਾ ਕੇ ਐਨ ਚੌੜ ਕਰਦੇ ਆ ਫੁੱਲ ਕਾਹਦੀ ਚੌੜ ਆ ਯਾਰ ਸਮਝ ਨਹੀਂ ਆਉਂਦੀ ਤੁਸੀਂ ਬੰਦੇ ਮਾਰਿਆ ਬਾਰਡਰ 'ਤੇ ਹੈ ਜਾਂ ਅੱਤਵਾਦੀ ਅੰਦਰ ਬਾਰਡਰ 'ਚ ਤੁਸੀਂ ਸ਼ੂਟ ਕੀਤੇ ਆ ਉਹ ਤੁਹਾਨੂੰ ਸਵਾਗਤ ਕੀਤਾ ਉਹਨਾਂ ਨੇ ਪੈਸੇ ਪੂਸੇ ਦੇ ਕੀ ਬਣਾਉਂਦੇ ਮੈਂ ਸੁਣਿਆ ਵੀਡੀਓ ਜਿਹੜੀਆਂ ਫਲੈਕਸਾਂ ਲੱਗਦੀਆਂ ਨਾ ਬਾਹਰ 7.8 ਪੁਆਇੰਟ ਉਹ ਵੀ ਪੈਸੇ ਦੇ ਕੇ ਤੈਨੂੰ ਪੈਸੇ ਦਿੰਦੇ ਇੰਨੇ ਤੇਰੀ ਫੋਟੋ ਲਾ ਦੀਏ ਤੇਰੇ ਮੇਰੇ ਗਾਉਂ ਖਾਸਿਆਂ ਦਾ ਲਾ ਦੇ ਲਾ ਦੇ ਵੀਜ਼ਾ ਲਓ ਤੁਸੀਂ ਆਪਦਾ ਕੰਮ ਕਰੋ ਜਾ ਕੇ ਜ਼ਰੂਰੀ ਨਹੀਂ ਹੈਗਾ ਰੋਕਦੇ ਵੀ ਤੁਸੀਂ ਨਹੀਂ ਜਾਣਾ ਜਾਓ ਪੈਸੇ ਇਕੱਠੇ ਕਰੋ ਆਪਦਾ ਵਾਪਸ ਪੰਜਾਬ ਕੋਈ ਬਿਜ਼ਨਸ ਕਰੋ ਹੈ ਕਿ ਨਹੀਂ ਪਲਾਨ ਪਲਾਨ ਪੰਜਾਬੀ ਉਹ ਪਲਾਨ ਕਰੋ ਪੰਜਾਬ ਪੰਜਾਬ ਖਾਲੀ ਹੋ ਗਿਆ ਈਵਨ ਸਾਡੇ 'ਤੇ ਵੀ ਲਾਗੂ ਹੁੰਦੀ ਹੈ ਵੀ ਇਹ ਨਹੀਂ ਕਿ ਅਸੀਂ ਭੈਣ ਵੀ ਇੱਥੇ ਬੈਠੇ ਹਾਂ ਦੁਬਈ 'ਚ ਗੱਲਾਂ ਕਰਦੇ ਸਾਡੇ 'ਤੇ ਵੀ ਚੀਜ਼ ਲਾਗੂ ਹੁੰਦੀ ਆ ਕਿ ਸਾਡਾ ਤਾਂ ਪਲਾਨ ਇਹੀ ਆ ਮਤਲਬ ਅਗਰ ਸਾਰਾ ਕੁਛ ਨਿਜ਼ਾਮ ਸਹੀ ਰਿਹਾ
ਆਪਾਂ ਤਾਂ ਕੰਮ ਠੋਕ ਦੇਣਾ ਚੰਗੀ ਤਰ੍ਹਾਂ ਜੀ, ਠੀਕ ਹੈ ਨਾ। ਬਾਹਰਲੀਆਂ ਕੰਟਰੀਆਂ ਤੁਸੀਂ ਜਿੰਨਾ ਮਰਜ਼ੀ ਲੱਖ, ਜਾਂ ਅਸੀਂ ਇੱਥੇ ਇੱਥੇ ਤਾਂ ਪੀਆਰ ਮਿਲਦੀ ਨਹੀਂ, ਜਾਂ ਤੁਸੀਂ ਕਿਤੇ ਮਰਜ਼ੀ ਪੀਆਰ ਲੈ ਲਓ, ਸਿਟੀਜ਼ਨਸ਼ਿਪ ਲੈ ਲਓ ਜਾਂ ਕਿਵੇਂ ਵੀ, ਇਹ ਮੇਰੀ ਆਪਦੀ ਰਾਏ ਆ, ਇਹ ਨਿੱਜੀ ਰਾਏ, ਉਹ ਸਾਰੀ ਗੁਲਾਮੀ ਜੀ ਨਹੀਂ ਜਾਣੀ ਜੀ, ਸਮਝ ਗਏ, ਉਹ ਗੁਲਾਮੀ ਤੁਹਾਡੇ ਦਿਮਾਗ 'ਚ ਬੜੀ ਰਹਿਣੀ ਹੈ। ਇੱਕ ਨਾ ਚਾਹੇ ਜਿੰਨਾ ਮਰਜ਼ੀ ਕਮਾ ਲਾ ਕਰ ਲਾ, ਇੱਕ ਜਿਹੜਾ ਇੰਡੀਆ ਉੱਤਰ ਦੇ ਸਾਥ ਸਕੂਨ ਹੁੰਦਾ ਨਾ ਬਾਈ, ਜਿਹੜਾ ਉੱਥੇ ਰਹਿਣ 'ਤੇ ਸਕੂਨ ਆ, ਉਹ ਬਾਹਰ ਰਹਿ ਕੇ ਨਹੀਂ ਸਕੂਨ ਹੈਗਾ, ਉਹ ਸਿਰਫ ਬਾਹਰਲੇ ਬੰਦੇ ਹੀ ਸਮਝ ਸਕਦੇ ਜਦੋਂ ਇੰਡੀਆ ਜਾਂਦੇ। ਬਟ ਕਈ ਬਾਈ, ਕਈ ਯਾਰ ਹੁਣ ਬਾਹਰ ਆਇਆ ਨੂੰ ਆਪਣੇ ਵਰਗੇ ਨੂੰ ਕਿੰਨਾ ਟਾਈਮ ਹੋ ਗਿਆ, ਹੁਣ ਕਈ ਸਾਲੇ ਮਤਲਬ ਆਪਦਾ ਆਪ ਪਿੱਛੋਂ ਗਵਾਈ ਬੈਠੇ ਨੇ, ਕਈ ਫੈਮਿਲੀਜ਼ ਇਹੋ ਜਿਹੀਆਂ ਨੇ ਪਿੱਛੋਂ ਪਿੱਛੇ ਮੋੜਨ ਜੋਗੀਆਂ ਰਹੀਆਂ ਨੇ, ਦਿਲ ਤਾਂ ਉਹਨਾਂ ਦਾ ਕਰਦਾ ਹੋਊ ਮੋੜਨ ਨੂੰ, ਲੇਕਿਨ ਹੁਣ ਪਿੱਛੇ ਮੋੜਨ ਜੋਗੇ ਰਹੇ ਨੇ। ਆਪਣਾ ਵੀ ਪਿੱਛੇ ਜਾ ਸਕਦੇ ਹਾਂ, ਅੱਗੇ ਜਾ ਸਕਦੇ ਹਾਂ, ਏਦਾਂ ਦੇ ਮਨ ਹੋਏ ਪਏ ਆ। ਬਟ ਜੇ ਕਿਸੇ ਦਾ ਆਈ ਥਿੰਕ ਚੈੱਕ ਲਾਦਾ ਨਾ ਪਿੱਛੇ ਹੈ ਕੁਛ, ਮੁੜ ਜਾਵੇ, ਉਦੋਂ ਇੰਡੀਆ ਤੋਂ ਵੱਧ ਕੇ ਸਰਦਾਰੀ ਕਿਤੇ ਨਹੀਂ, ਕਿਤੇ ਵੀ ਨਹੀਂ। ਤੁਸੀਂ ਨਾ ਮਤਲਬ ਆਪਾਂ ਨਾ ਘਰੋਂ ਬਾਹਰ ਨਿਕਲੇ ਜ਼ਿਆਦਾ, ਉਹੋ ਜਿਹੀ ਯਾਰੀ ਦੋਸਤੀ ਸੰਗਤ ਨਾ ਪਈਏ, ਹੈ ਨਾ, ਆਪਦਾ ਸਿੱਧਾ ਸਿੱਧਾ ਰੱਖੋ, ਜਿਹੜੇ ਬੰਦੇ ਵਧੀਆ ਬਿਜ਼ਨਸ ਕਰਦੇ ਨੇ ਉਹਨਾਂ ਦੇ ਨਾਲ ਹੀ ਰਹੀਏ। ਪਹਿਲਾਂ ਵਾਲਾ ਮਾਹੌਲ ਨਹੀਂ ਗਾ ਵੀ ਪਹਿਲਾਂ ਕੋਈ ਯਾਰੀ ਆ, ਉਨੇ ਯਾਰ ਦੋਸਤ ਆ ਜਿੰਨਾ ਕੋਲ ਮੈਂ ਆਪਣੇ ਸਰਕਲ 'ਚ ਮਿਲਿਆ, ਜਾ ਕੇ ਸਭ ਕੰਮ ਜਾਂਦੇ ਆ, ਘਰੇ ਆਉਂਦੇ ਆ, ਉਹੀ ਲਾਈਫ ਇੱਥੋਂ ਵਾਲੀ ਰੂਟੀਨ ਲਾਈਫ। ਪਹਿਲਾਂ ਵਾਲਾ ਮਾਹੌਲ ਨਹੀਂ ਗਾ, ਜਿਵੇਂ ਆਂਢ ਗੁਆਂਢ 'ਚ ਮਿਲਦੇ ਸੀਗੇ, ਇਕੱਠੇ ਹੁੰਦੇ ਸੀ, ਉਹ ਵਾਲਾ ਮਾਹੌਲ ਤਾਂ ਹੈ ਹੀ ਨਹੀਂ ਨਾ, ਬਹੁਤ ਘੱਟ ਗਿਆ ਅੱਗੇ ਨਾਲੋਂ। ਪਿੰਡਾਂ 'ਚ ਜੇ ਥੋੜ੍ਹਾ ਜ਼ਿਆਦਾ ਵਾ, ਸ਼ਹਿਰਾਂ 'ਚ ਬਿਲਕੁਲ ਵੀ ਹੈ ਨਹੀਂ ਗਾ। ਯਾਰ ਦੋਸਤ ਵੀ ਆਪਣੇ ਡਿਊਟੀਆਂ ਜਾਂਦੇ ਆ, ਕੰਮ ਕਰਦੇ, ਜਿਹੜੇ ਡਿਊਟੀ ਆ ਰਹੇ ਉਹ ਡਿਊਟੀ ਜਾ ਕੇ ਸ਼ਾਮ ਨੂੰ ਆਉਂਦੇ ਆ, ਉਹ ਵੀ ਆਪਸ 'ਚ ਕਦੇ ਮਹੀਨੇ 'ਚ ਇੱਕ ਦੋ ਵਾਰ ਮਿਲਦੇ ਆ। ਜਿਹੜੇ ਬਿਜ਼ਨਸ ਕਰਦੇ ਆ ਉਹ ਵੀ ਆਪੋ ਆਪਣਾ ਬਿਜ਼ੀ ਆ, ਸਵੇਰੇ ਸ਼ਾਮ ਨੂੰ ਆਉਂਦੇ ਆ, ਹਿਸਾਬ ਤਾਂ ਇਹੀ ਆ ਇੱਕੋ ਜਿਹਾ, ਬਟ ਉੱਥੇ ਸਕੂਨ ਬਹੁਤ ਆ ਯਾਰ। ਸੁਣ ਲਿਆ ਪੰਜਾਬੀਓ, ਆਪਾਂ ਤੁਹਾਨੂੰ ਪੰਜਾਬ ਦੀ 2 ਮਹੀਨਿਆਂ ਦੀ ਖਬਰ ਅਪਡੇਟ ਦੇ ਦਈਏ, ਪੰਜਾਬ ਪੰਜਾਬ ਹੀ ਆ, ਅਤੇ ਜਦ ਆਪਾਂ ਉੱਥੋਂ ਨਿਕਲੇ ਜਾਵਾਂਗੇ ਫਿਰ ਉੱਥੇ ਸੰਭਾਲੂ ਕੌਣ, ਹੈ ਨਾ, ਅਤੇ ਪਿੱਛੇ ਮੁੜਨ ਦੀਆਂ ਤਿਆਰੀਆਂ ਕਰੋ। ਪਿੱਛੇ ਮਤਲਬ ਸੌਖਾ ਨਹੀਂ ਗਾ, ਸੌਖਾ ਨਹੀਂ, ਡਿਸੀਜਨ ਔਖਾ, ਇਹ ਬਹੁਤ ਵੱਡੇ ਆ, ਹਾਂ, ਝੱਗਾ ਚੌੜ ਨਹੀਂ ਕਰਾਉਣਾ, ਲੇਕਿਨ ਚਾਰ ਪੱਲੇ ਛਿੱਲੜ ਕਰਕੇ ਫੇਰ ਮੋੜਨ ਦੀ ਚੱਕਰ ਹੈ, ਉੱਥੇ ਖਰਚਾ ਬਹੁਤ ਆ, ਹੁਣ ਇਸ ਟਾਈਮ ਸਡਨਲੀ ਆਪਾਂ ਮੋੜ ਨਹੀਂ ਸਕਦੇ। ਅੱਛਾ ਮਹੀਨੇ ਦਾ ਖਰਚਾ ਦੱਸ ਟੱਪੇ ਤਾਂ, ਮਹੀਨੇ ਦਾ ਖਰਚਾ ਪੁੱਛਦੇ ਵੀ ਰਹਿ ਕੇ ਆਇਆ ਹੁਣ ਯਾਰ, ਉਈ ਤੂੰ ਨਾ ਫੋਕਾ ਜਾਂ ਆਪਣੀ ਕਹਿੰਦੇ ਗੱਡੀ ਚੱਕ ਕੇ ਗੇੜਾ ਕੱਢਿਆ ਵਾ ਯਾਰ, ਹਾਂ, ਉਹ ਤੇਰਾ 1000 ਦਾ ਪੈਣਾ, ਮਤਲਬ 1000 ਰੁਪਇਆ ਐਵੇਂ ਐਵੇਂ ਦਿਲ ਕੀਤਾ ਮੈਂ ਬਾਹਰ ਗੇੜਾ ਕੱਢਿਆ ਵਾ, ਤੂੰ ਖੜ ਕੇ ਖਾ ਲਿਆ ਨਾ ਕਿਤੇ ਐਵੇਂ ਵੀ, ਆਹ ਵੀ ਖਦੇਕ ਕੇ ਖਾ ਲੈਂਦੇ ਹੁੰਦੇ ਆ, ਕਿੱਦਾਂ ਨਾਲ ਹੋਇਆ 1000 ਲੱਗ ਗਿਆ ਯਾਰ। ਜੇ ਤੂੰ ਸਪੈਸ਼ਲ ਫੈਮਿਲੀ ਨਾਲ ਗਿਆ ਕਿਸੇ ਰੈਸਟੋਰੈਂਟ ਬਹਿ ਗਿਆ, ਜੇ ਤੇਰੇ ਛੋਟਾ ਪਰਿਵਾਰ ਆ ਤਾਂ 2000 3000, ਜੇ ਵੱਡਾ ਪਰਿਵਾਰ ਆ 5000 ਨੂੰ ਗਿਆ, ਮਤਲਬ ਖਾਣਾ ਪਾਣੀ ਇੱਕ ਟਾਈਮ ਦਾ ਡਿਨਰ ਕਰਨ ਜਾਂਦੇ ਆ, ਠੀਕ ਆ। ਤੇ ਮਤਲਬ ਮਹੀਨੇ ਦਾ ਤੈਨੂੰ ਕਿੰਨਾ ਲੱਗਦਾ ਵੀ ਕਿੰਨਾ ਚਾਹੀਦਾ ਅਪਰੋਕਸ, ਮਤਲਬ ਕਿੰਨੇ ਹਜ਼ਾਰ ਦੇ ਹਿਸਾਬ ਲਾ ਲਾ ਯਾਰ, 30000 ਤਾਂ ਤੂੰ ਐਵੇਂ ਹੀ ਲਾ ਲਾ, 30000 ਦਾ ਮਤਲਬ ਫਾਲਤੂ ਖਰਚਾ ਲਾ ਲਾ, ਜਿਹੜਾ ਥੋੜੀ ਜੀਭ ਨਾ ਮਤਲਬ ਮੰਗਦੀਆਂ ਨੇ, ਕੋਈ ਆ ਫਾਸਟ ਫੂਡ ਖਾਏ ਜਾਂ ਕੁਛ ਲੱਟਰ ਪਟਰ, ਜਵਾਕ ਨੇ ਕੁਛ ਮੰਗ ਲਿਆ, ਹਨਾ, ਲੇਸ ਵਗੈਰਾ ਸਾਰਾ ਕੁਛ, ਮਤਲਬ 30000 ਦਾ ਆਹ ਚੀਜ਼ਾਂ ਦਾ ਖਰਚਾ ਲਾ ਲਓ, ਹਨਾ, ਬਾਕੀ ਫਿਰ ਬੱਚਿਆਂ ਦੀ ਸਕੂਲ ਦੀ ਫੀਸ ਹੋ ਗਈ, ਸਕੂਲ ਵੀ ਮਹਿੰਗੇ ਆ, ਤੇ ਚੰਗੇ ਸਕੂਲ ਭੇਜਣੇ ਆ, ਸਕੂਲ ਵੀ ਮਹਿੰਗੇ ਆ, ਸਕੂਲ ਬਟ ਇੱਥੇ ਨਾਲੋਂ ਸਸਤੇ ਆ, ਆਪਾਂ ਕੰਪੇਅਰ ਕੀਤਾ, ਦੁਬਈ ਨਾਲ ਤਾਂ ਸਸਤੇ ਆ, ਇੱਥੇ ਨਾਲੋਂ ਸਸਤੇ ਆ, ਇਹ ਗੱਲ ਪੱਕੀ ਆ। ਤੇ ਸਕੂਲ ਦਾ ਵੀ ਮੈਂ ਕਹਿੰਦਾ ਮਹੀਨੇ 2 ਜਵਾਕਾਂ ਦਾ 20000 ਲਾਦੇ ਮਹੀਨੇ ਦਾ, ਜਾਂ ਘੱਟ ਹੀ ਹੋਊਗਾ, ਨਹੀਂ ਘੱਟ ਘੱਟ ਹੋਊਗਾ, 3-3 ਮਹੀਨੇ ਦਾ 20000, ਹਾਂ, 36000 ਕਨਵਰਟ ਦਾ ਸੀਗਾ ਉੱਥੇ ਲੁਧਿਆਣੇ ਵਾਲੇ ਦਾ 3 ਮਹੀਨੇ। ਉੱਕਾ ਫੁੱਕਾ ਦੱਸ ਕਿੰਨਾ, 1-1.5 ਲੱਖ ਰੁਪਇਆ ਮਹੀਨਾ ਇਨਕਮ ਚਾਹੀਦੀ ਆ, ਹਾਂ ਚਾਹੀਦੀ, ਮਤਲਬ 1-1.5 ਲੱਖ ਰੁਪਇਆ ਤੁਹਾਡਾ ਮਹੀਨੇ ਦਾ ਇਨਕਮ ਦਾ ਸੋਰਸ ਹੋਣਾ ਚਾਹੀਦਾ, ਕਿਉਂਕਿ ਇੱਥੋਂ ਆਪਣਾ ਲਿਵਿੰਗ ਸਟੈਂਡਰਡ ਆਫ ਕੋਰਸ ਬਾਹਰਲੀਆਂ ਕੰਟਰੀਆਂ ਦਾ ਇੰਡੀਆ ਨਾਲੋਂ ਹਾਈ ਆ, ਵਧੀਆ ਵਾ। ਆਪਾਂ ਇੱਥੋਂ ਜਾਣਦੇ ਹਾਂ ਨਾ ਵੀ ਥੋੜ੍ਹਾ ਔਖਾ ਮੂਵ ਕਰਨ 'ਤੇ ਲੱਗਣਾ, ਵੀ ਆਪਾਂ 50000 ਦੇ ਵਿੱਚ ਆਪਾਂ ਸਿਮਟ ਜਾਈਏ, ਨਹੀਂ ਹੋਣਾ ਆਪਣੇ ਤੋਂ ਸਾਰਿਆਂ ਤੋਂ, ਉਹ ਲਿਵਿੰਗ ਸਟੈਂਡਰਡ ਬੰਦਾ ਉਵੇਂ ਚੱਲਦਾ, ਫਿਰ ਆਪਾਂ ਨੂੰ ਬੁਰਾ ਲੱਗਣ ਲੱਗ ਜੂਗਾ ਜਾ ਕੇ, ਚਾਹ ਮੁੱਕ ਜੂਗਾ, ਤਾਂ ਬੈਟਰ ਆ ਪਹਿਲਾਂ ਹੀ ਆਪਦਾ ਇਨਕਮ ਦਾ ਉਨਾ 1-1.5 ਲੱਖ ਹੋਣਾ ਚਾਹੀਦਾ ਵੀ ਸਾਡੀ ਇਨਕਮ ਆਉਂਦੀ, ਇਹਨਾਂ ਸਾਡੇ ਖਰਚੇ ਚੱਲਣਗੇ, ਫਿਰ ਅਸੀਂ ਮੂਵ ਹੋਵਾਂਗੇ। ਡਿਸੀਜਨ ਸੌਖੇ ਨਹੀਂ ਹੈ, ਡਿਸੀਜਨ ਬਹੁਤ ਔਖੇ ਆ, ਸੋ ਸਮਝ ਕੇ ਚੱਲਣ ਕੇ ਲੋੜ ਆ, ਲੇਕਿਨ ਸੋਚੋ ਜ਼ਰੂਰ ਇਹਨੂੰ ਇੰਪਲੀਮੈਂਟ ਜ਼ਰੂਰ ਕਰੋ, ਟਰਾਈ ਕਰੋ ਇਹਨੂੰ ਕਰਨ ਦੀ। ਬਹੁਤ ਜਾਣੇ ਮੈਂ ਮੇਰੇ ਮਿੱਤਰਾਂ 'ਚ ਵੀ ਇਹੋ ਜਿਹੇ ਆ ਜਿਨ੍ਹਾਂ ਨੇ ਪਿੱਛੇ ਕੰਮ ਛੱਡ ਕੇ ਗਏ ਆ, ਚੱਲਦਾ ਕੰਮ ਛੱਡ ਕੇ ਬਾਹਰਲੀਆਂ ਕੰਟਰੀਆਂ ਗਏ ਆ, ਉਹ ਮੁੜ ਵੀ ਸਕਦੇ ਆ, ਸਾਰਾ ਕੁਛ ਹੈਗਾ ਪਿੱਛੇ। ਅਤੇ 10 ਮਿੰਟ ਹੋ ਗਏ ਸਾਨੂੰ ਟੋਕ ਕਰਦੇ ਨੂੰ, ਪਹਿਲਾਂ ਵੀ 10-15 ਮਿੰਟ ਦਾ ਵਲੋਗ ਅਸੀਂ ਆਹੀ ਗੱਲਾਂ ਨਾਲ ਹੀ ਬਣਾ ਲਿਆ ਵੀ ਇਨਫੋਰਮੇਸ਼ਨ ਲਈ, ਹੈ ਨਾ, ਗੱਲਾਂ ਤਾਂ ਬਹੁਤ ਨੇ ਯਾਰ, ਮਤਲਬ ਹੁਣ ਇੰਨਾ ਟਾਈਮ ਤੁਹਾਡਾ ਵੇਸਟ ਨਹੀਂ ਕਰਨਾ, ਅਸੀਂ ਜਾ ਕੇ ਤੁਹਾਨੂੰ ਸਿੱਧਾ ਮਿਲਦੇ ਹਾਂ ਜਬਲ ਅਲੀ, ਚੰਗਾ, ਜਬਲ ਅਲੀ ਸਲੂਨ 'ਤੇ ਜਾ ਕੇ
ਫਿਰ ਉੱਥੋਂ ਆਪਦਾ ਸਾਰਾ ਕੰਮ ਖਤਮ ਕਰਕੇ ਫਿਰ ਵਾਪਸ ਮਿਲਦੇ ਹਾਂ। 40-45 ਮਿੰਟ ਗੱਡੀ ਚਲਾਉਣ ਤੋਂ ਬਾਅਦ ਆਪਾਂ ਪਹੁੰਚ ਗਏ ਜਬਲ ਅਲੀ। ਪਾਰਕਿੰਗ ਦੀ ਵੇਟ ਕਰਦੇ ਹਾਂ ਅਤੇ ਪਾਰਕਿੰਗ ਔਖੀ ਮਿਲੂ ਅੱਜ ਯਾਰ, ਪਾਰਕਿੰਗ ਔਖੀ ਮਿਲਣੀ। ਦਿਨ ਕੀ ਅੱਜ? ਸੰਡੇ, ਅੱਜ ਹੈਗਾ ਸੰਡਾ ਅਤੇ ਪੂਰਾ ਰਸ਼ ਪੈਂਦਾ ਫੁੱਲ ਇੱਥੇ ਅਤੇ ਗੱਡੀ ਆਉਣ ਲੱਗ ਜਾਣੇ 5-4 ਮਿੰਟ। ਬਾਹਰਲਾ ਮਾਹੌਲ ਦਿਖਾਉਣਾ ਤੁਹਾਨੂੰ, ਕੈਂਪ ਏਰੀਆ ਆਪਣਾ, ਕੈਂਪ ਏਰੀਆ। ਦੁਬਈ ਦੀ ਦੂਜੀ ਜ਼ਿੰਦਗੀ ਹੈ, ਵੱਡੀਆਂ ਬਿਲਡਿੰਗਾਂ ਦੇ ਉਹਲੇ ਵਾਲੀ ਜ਼ਿੰਦਗੀ। ਸ਼ਕਲਾਂ ਦੇਖੀਆਂ, ਥੋੜਾ ਜਿਹਾ ਤੁਰੀਦਾ ਤੇ ਪਸੀਨੋ ਪਸੀਨੀ ਜੱਟ ਹੋ ਜਾਂਦੇ ਨੇ, ਹੈਨਾ। ਤੇ ਆ ਲਿਆ ਵਿਜ਼ਨ ਤੇਰਾ ਆਪਾਂ ਬੋਲਦਾ, ਠੀਕ ਆ। ਕੰਮ ਅਸੀਂ ਬਹੁਤ ਕੀਤਾ ਅੱਜ ਤੇ ਹੁਣ ਅਸੀਂ ਚੱਲੇ ਆ। ਆ ਦੇਖੋ ਪਸੀਨਾ ਟੋਪੀ, ਹਾਂ ਯਾਰ ਬਾਈ ਉਹਨਾਂ ਤੋਂ ਪੁੱਛ। ਆ ਰਹੇ ਇੱਥੇ ਅਸਰੀ ਆ ਰਹੇ, ਆ ਰਹੇ ਗਰੀਲਾਂ ਲੱਗੀਆਂ। ਅਸੀਂ ਥੋੜਾ ਕੰਮ ਆਇਆ, ਦੇਖ ਲਈਏ ਥੋੜਾ ਜਿਹਾ ਗੱਲਬਾਤ, ਹੈਨਾ। ਤੁਹਾਨੂੰ ਜਬਲ ਅਲੀ ਦਾ ਮਾਹੌਲ ਹੈਗੀ ਇੱਦਾਂ, ਕੰਮ ਸਾਰੇ ਨਿਬੇੜ ਲਏ। ਕਲਿੱਪ ਨਾਲ ਲਾਤੀ ਮਾਹੌਲ, ਜਿਹੜੀਆਂ ਸ਼ਾਈਨ ਬਿਲਡਿੰਗਾਂ, ਕੱਚ ਦੀਆਂ ਬਿਲਡਿੰਗਾਂ, ਹੀਰੇ ਵਾਂਗੂ ਡਾਇਮੰਡ ਵਾਂਗੂ ਚਮਕਦੀਆਂ ਬਿਲਡਿੰਗਾਂ ਦੇ ਓਹਲੇ ਦਾ ਪ੍ਰਦੇਸ਼ ਤੁਹਾਨੂੰ ਦਿਖਾਇਆ ਕਲਿੱਪ 'ਤੇ। ਪਹਿਲਾਂ ਜਿਹੜੀ ਲਾਈ ਆਪਾਂ ਉਹ ਦੇਖ ਲਿਓ, ਠੀਕ ਆ। ਅਤੇ ਹੁਣ ਆਪਾਂ ਚੱਲੇ ਘਰ ਨੂੰ, ਵੇ ਬੈਕ ਟੂ ਅਵਰ ਹਾਊਸ। ਅਤੇ ਹੋਰ ਤਾਂ ਨਹੀਂ ਕੋਈ ਹੈਗਾ ਪ੍ਰੋਗਰਾਮ? ਬਸ ਠੀਕ ਹੈ, ਚੱਲੀਏ ਫਿਰ ਸਲੀਮੇ। ਮੈਂ ਆਪਣੇ ਸਲੂਨ 'ਤੇ ਬਹਿ ਕੇ ਆਪਦੇ ਵਾਲ ਕਟਾਉਣ ਦਾ ਟਾਈਮ ਨਹੀਂ, ਚੱਲਦੇ ਆ ਸਲੂਨ ਤਾਂ। ਓਕੇ ਬਾਬਾ।